ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਪੰਜਾਬ ਵੈਦਰ ਟੀਵੀ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਇਸ ਵੇਲੇ ਤੇ ਵੱਡੀ ਖਬਰ ਆ ਚੁੱਕੀ ਹੈ ਅਖੰਡ ਪਾਠ ਕਰਦੇ ਆ ਵਾਪਰੀ ਅਜਿਹੀ ਘਟਨਾ ਸਭ ਰਹਿ ਗਏ ਹੈਰਾਨ ਪ੍ਰਬੰਧਕਾਂ ਨੂੰ ਪਈਆਂ ਭਾਜੜਾਂ ਵੀਡੀਓ ਨੂੰ ਪੂਰੀ ਅੰਤ ਤੱਕ ਦੇਖ ਲਿਓ ਪੂਰੀ ਖਬਰ ਦਾ ਪਤਾ ਲੱਗ ਸਕੇ ਨਾਲ ਹੀ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇੱਕ ਵੱਡੀ ਮੰਦਪਾਗੀ ਘਟਨਾ ਜੋ ਕਿ ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਤੋਂ ਸਾਹਮਣੇ ਆਈ ਹੈ ਜਿਸ ਦੇ ਮੁਤਾਬਕ ਪਾਠੀ ਦੀ ਕਾਲ ਦੇ ਚੱਲਦੇ ਗੁਰਦੁਆਰੇ ਦੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜੇਕਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਦੇ ਵਿੱਚ ਕਿਸੇ ਵੀ ਵਿਅਕਤੀ ਨੂੰ ਪਾਠੀ ਦੀ ਸੇਵਾ ਵਿੱਚ ਲੈਣਾ ਹੋਵੇ ਉਸ ਨੂੰ ਇੱਕ ਪ੍ਰਕਿਰਿਆ ਦੇ ਦੁਆਰਾ ਗੁਜ਼ਰਨਾ ਪੈਂਦਾ ਹੈ ਜਿਸ ਵਿੱਚ ਮੈਂਬਰਾਂ ਦੀ ਸਿਫਾਰਸ਼ ਤੋਂ ਇਲਾਵਾ ਪਾਠੀ ਤੋਂ ਮੁਕੰਮਲ ਬਾਣੀ ਵੀ ਸੁਣੀ ਜਾਂਦੀ ਹੈ। ਗੁਰਦੁਆਰਾ ਸ੍ਰੀ ਬਾਬਾ ਬਕਾਲਾ ਸਾਹਿਬ ਦੇ ਨੇੜੇ ਵਸਦੇ ਇੱਕ ਪਿੰਡ ਦੇ ਵਿੱਚ ਇੱਕ ਵਿਅਕਤੀ ਨੂੰ ਗੁਰਦੁਆਰੇ ਕਰਵਾਏ ਜਾ ਰਹੇ ਅਖੰਡ ਪਾਠ ਦੇ ਵਿੱਚ ਬਤੌਰ ਪਾਠੀ ਲਿਆਂਦਾ ਗਿਆ ਸੀ ਜਿਸ ਨੇ ਆਪਣੀ ਪੂਰੀ ਜ਼ਿੰਦਗੀ ਦੇ ਵਿੱਚ ਸਿਰਫ 4 ਜਾਂ 5 ਅਖੰਡ ਪਾਠ ਹੀ ਕੀਤੇ ਸਨ ਗੁਰਦੁਆਰਾ ਸਾਹਿਬ ਦੇ ਵਿੱਚ ਆਪਣੀ ਡਿਊਟੀ ਦੇ ਸਮੇਂ ਉਸ ਪਾਠੀ ਤੋਂ ਬਲੋ ਸਿਰਫ 2 ਘੰਟਿਆਂ ਦੇ ਵਿੱਚ ਸਮੇਂ ਵਿੱਚ ਹੀ 580 ਅੰਗ ਦਾ ਪਾਠ ਮੁਕੰਮਲ ਕਰ ਦਿੱਤਾ ਗਿਆ ਤੇ ਇਸ ਪਾਠੀ ਨੂੰ ਅੰਗਾਂ ਨੂੰ ਅੱਗੇ ਕਰਨ ਵਿੱਚ ਬਹੁਤ ਜ਼ਿਆਦਾ ਧਿਆਨ ਦੇ ਰਿਆ ਸੀ ਨਾ ਕਿ ਬਾਣੀ ਪੜ੍ਹਨ ਦੇ ਵਿੱਚ ਅਤੇ ਬਹੁਤ ਜ਼ਿਆਦਾ ਤੇਜ਼ੀ ਦੇ ਨਾਲ ਐਸ ਨੇ ਕਾਫੀ ਅੰਗ ਅੱਗੇ ਕਰ ਦਿੱਤੇ ਅਤੇ ਡਿਊਟੀ ਬਦਲਣ ਦੇ ਉਪਰੰਤ ਜਦ ਦੂਜੇ ਪਾਠੀ ਨੇ ਆ ਕੇ ਦੇਖਿਆ ਤਾਂ ਉਸ ਵੱਲੋਂ ਉਪਰੰਤ ਪ੍ਰਬੰਧਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਤੇ ਪ੍ਰਬੰਧਕਾਂ ਦੇ ਦੁਆਰਾ ਉਸ ਵਿਅਕਤੀ ਨੂੰ ਬਤੌਰ ਪਾਠੀ ਤੁਰੰਤ ਵਿਲਾ ਕਰ ਦਿੱਤਾ ਗਿਆ